ਨਰਮੇ ਦੇ ਵਿੱਚ ਗੁਲਾਬੀ ਸੁੰਡੀ ਬਾਰੇ ਗੱਲਬਾਤ ਕਰੀਏ ਤਾਂ ਇਹਦੇ ਕੰਟਰੋਲ ਵਾਸਤੇ ਜਿਹੜਾ ਹੈਗਾ ਗਾ ਆਪਾਂ ਇਹਨੂੰ ਆਉਣ ਤੋਂ ਪਹਿਲਾਂ ਰੋਕ ਸਕਦੇ ਹਾਂ। ਗੁਲਾਬੀ ਸੁੰਡੀ ਆਈ ਹੋਈ ਨੂੰ ਰੋਕਣਾ ਬਹੁਤ ਮੁਸ਼ਕਲ ਆ, ਕਿਉਂਕਿ ਜਦੋਂ ਗੁਲਾਬੀ ਸੁੰਡੀ ਆ ਗਈ ਉਦੋਂ ਫੁੱਲ ਬੰਦ ਹੋ ਜਾਂਦੇ ਹੈਗੇ ਅਤੇ ਆਪਾਂ ਨੂੰ ਟਿੰਡੇ ਦੇ ਵਿੱਚ ਹੀ ਗੁਲਾਬੀ ਸੁੰਡੀ ਦਿਖਾਈ ਦਿੰਦੀ ਹੈਗੀ। ਨਾ ਤਾਂ ਫੁੱਲ ਬੰਦ ਦੇ ਉੱਤੇ ਸਪਰੇਅ ਪਵੇ ਗੁਲਾਬੀ ਸੁੰਡੀ ਦੇ ਅਤੇ ਨਾ ਹੀ ਟਿੰਡੇ ਦੇ ਵਿੱਚ। ਤਾਂ ਜਦੋਂ ਫਲਾਵਰਿੰਗ ਸਟਾਰਟ ਹੋ ਗਈ 45-50 ਦਿਨ ਦੇ ਆਸ ਪਾਸ ਹੋਏ ਨਰਮੇ 'ਤੇ, ਤਾਂ ਉਦੋਂ ਤੋਂ ਆਪਾਂ ਨੂੰ ਸਪਰੇਅ ਸਟਾਰਟ ਕਰਨੀ ਪਊ ਜਿਹਦੇ ਨਾਲ ਆਂਡੇ ਖਤਮ ਹੋ ਜਾਣ। ਜੇ ਸਪਰੇਆਂ ਬਾਰੇ ਗੱਲਬਾਤ ਕਰੀਏ ਤਾਂ ਇਮਾਮੈਕਟਨ ਬੈਂਜੂਏਟ 5% ਜਿਹਨੂੰ ਆਪਾਂ ਪ੍ਰੋਕਲੇਮ ਦੇ ਨਾਂ ਨਾਲ ਜਾਣਦੇ ਹਾਂਗੇ ਉਹ ਸਪਰੇਅ ਕਰ ਸਕਦੇ ਹਾਂ, ਜਾਂ ਪ੍ਰੋਫੈਨੋਫੋਸ ਸਪਰੇਅ ਕਰ ਸਕਦੇ ਹਾਂ, ਜਾਂ ਲਾਰਵਿਨ। ਤਾਂ ਇਹਨਾਂ ਦਵਾਈਆਂ ਨੂੰ ਆਪਾਂ ਲਗਾਤਾਰ ਨਹੀਂ ਵਰਤਣਾ, ਇੱਕ ਵਾਰੀ ਉਹ ਦਵਾਈ ਇੱਕ ਵਾਰੀ ਉਹ ਦਵਾਈ ਤਾਂ ਸਰਕਲ ਦੇ ਵਿੱਚ ਇਹਨਾਂ ਨੂੰ ਵਰਤਣਾ ਗਾ, ਕਿਉਂਕਿ ਲਗਾਤਾਰ ਵਰਤਣ ਨਾਲ ਵੀ ਇਹਨਾਂ ਦੇ ਰਿਜ਼ਲਟ ਘੱਟ ਜਾਂਦੇ ਹੈਗੇ। ਤਾਂ ਇਹਨਾਂ ਦਾ ਯੂਜ਼ ਆ ਜਿਹੜਾ ਉਹ ਆਪਾਂ 10-15 ਦਿਨਾਂ ਦੇ ਬਾਅਦ ਰਿਪੀਟ ਕਰੀ ਜਾਣਾ ਗਾ, ਕਿਉਂਕਿ ਇਹ ਕੀ ਹੈਗਾ ਗੁਲਾਬੀ ਸੁੰਡੀ ਦਾ ਸਰਕਲ ਤੋੜਨ ਵਾਸਤੇ ਜ਼ਰੂਰੀ ਹੈਗਾ।